ਉਸ ਪਰ ਨੂੰ ਨਸ਼ਿਆਂ ਰੋਕੂ ਵਾਲੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ। ਕਿਸ ਤਰ੍ਹਾਂ ਦੀ ਕਾਰਵਾਈ, ਕਿਵੇਂ, ਕਿੰਨੀ ਬਰਾਮਦਗੀ ਹੋਈ ਤੇ ਕਿੰਨੇ ਫੜੇ ਗਏ ਨਸ਼ਿਆਂ ਰੋਕੂ? ਅੱਜ ਮਾਣਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਅਤੇ ਮਾਣਯੋਗ ਐਸਐਸਪੀ ਸਾਹਿਬ ਬਟਾਲਾ ਸ਼੍ਰੀਮਤੀ ਅਸ਼ਵਨੀ ਗੋਟਿਆਲ ਜੀ, ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਟਾਲੇ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਜਿਹੜੇ ਵੱਖ-ਵੱਖ ਪੁਲਿਸ ਸਟੇਸ਼ਨ ਦੀਆਂ ਪਾਰਟੀਆਂ ਵੱਲੋਂ ਜੁਆਇੰਟ ਆਪਰੇਸ਼ਨ ਜਿਹੜੇ ਕੀਤੇ ਗਏ ਨੇ, ਇਸ ਦਰਮਿਆਨ ਮੇਰੇ ਵੱਲੋਂ ਵੀ ਸਾਡੇ ਇਲਾਕੇ ਦੇ ਪਿੰਡ ਜਿੱਥੇ ਕਿ ਸ਼ਰਾਬ ਵੇਚਣ ਦੀ ਕਾਫੀ ਸ਼ਿਕਾਇਤ ਆ ਰਹੀ ਸੀ, ਉਹਨਾਂ ਨੂੰ ਆਇਡੈਂਟੀਫਾਈ ਕਰਕੇ ਰੇਡ ਕੀਤੇ ਗਏ ਨੇ, ਜਿੱਥੇ ਸਾਨੂੰ ਜਿਹੜੀ ਆ ਸਫਲਤਾ ਹਾਸਲ ਹੋਈ ਆ ਤੇ ਸਾਡੇ ਵੱਲੋਂ ਕਰੀਬ 300 ਕੇਜੀ ਲਾਣ ਤੇ 40 ਬੋਤਲਾਂ ਨਜਾਇਜ਼ ਸ਼ਰਾਬ ਜਿਹੜੀ ਆ ਬਰਾਮਦ ਹੋਈ ਆ ਤੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ 3 ਮੁਕੱਦਮੇ ਦਰਜ ਕੀਤੇ ਗਏ ਨੇ। ਕਿਹੜੇ ਕਿਹੜੇ ਸਰ ਪਿੰਡਾਂ 'ਚ ਛਾਪੇ ਮਾਰੀ? ਇਹ ਜੀ ਪਿੰਡ ਹੈਗੇ ਸੀ ਚੰਦੂ ਸੂਜਾ, ਵੀਲਾ, ਡੋਗਰ ਤੇ ਦਾਦੂ ਜੋਧ। ਇਸ ਦਾ ਵੀ ਇਹ ਸਰਚ ਪ੍ਰਸ਼ਨ ਜਾਰੀ ਰਹਿਣਗੇ? ਬਿਲਕੁਲ ਜੀ ਬਿਲਕੁਲ, ਇਹ ਰੈਗੂਲਰ ਜਿਹੜੇ ਸਰਚ ਆਪਰੇਸ਼ਨ ਚੱਲਦੇ ਰਹਿਣਗੇ ਤਾਂ ਜੋ ਨਜਾਇਜ਼ ਸ਼ਰਾਬ ਦੀ ਜਿਹੜੀ ਆ ਇਹਨੂੰ ਜਿਹੜਾ ਵਾ ਆਪਣਾ ਠੱਲ ਪਈ ਜਾ ਸਕੇ, ਤੇ ਮੈਂ ਪਬਲਿਕ ਨੂੰ ਅਪੀਲ ਕਰੂੰਗਾ ਕਿ ਅਜਿਹੀ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਆ ਇਹ ਪੀਣ ਤੋਂ ਗੁਰੇਜ਼ ਕਰਨ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੇ ਵਿੱਚ ਵੀ ਕਾਫੀ ਜਿਹੜੀਆਂ ਵਾ ਨਜਾਇਜ਼ ਸ਼ਰਾਬ ਪੀਣ ਦੇ ਨਾਲ ਜਿਹੜੀਆਂ ਡੈਥ ਹੋਈਆਂ ਨੇ, ਤੇ ਇਸ ਦੀ ਰੋਕਥਾਮ ਦੇ ਸੰਬੰਧੀ ਸਾਰਿਆਂ ਨੂੰ ਸੈਂਸੀਟਾਈਜ਼ ਕਰਨਾ ਜ਼ਰੂਰੀ ਹੈ ਤੇ ਪਬਲਿਕ ਇਸ ਨੂੰ ਜਿਹੜਾ ਗੁਰੇਜ਼ ਕਰੇ ਤੇ ਸਰ ਫਤਿਹਗੜ੍ਹ ਚੂੜੀਆਂ 'ਚ ਚਿੱਟੇ ਦਾ ਵੀ ਕਾਫੀ ਹੈਗਾ ਵਾ ਨਸ਼ੇ ਦਾ ਕਾਰੋਬਾਰੀ, ਜਾਂ ਨਸ਼ਾ ਕਾਫੀ ਹੈ? ਉਹਦੇ ਬਾਰੇ ਵੀ ਦੇਖੋ ਜੀ ਸਾਡੇ ਵੱਲੋਂ ਸੋਰਸਸ ਐਕਟੀਵੇਟ ਕੀਤੇ ਗਏ ਨੇ ਤੇ ਜਲਦੀ ਤੋਂ ਜਲਦੀ ਜਿਹੜੇ ਆ ਨਸ਼ਾ ਤਸਕਰਾਂ ਨੂੰ ਜਿਹੜਾ ਵਾ ਆਇਡੈਂਟੀਫਾਈ ਕਰਕੇ ਤੇ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਕੋਲ ਕੇਸ ਰਜਿਸਟਰ ਕੀਤੇ ਜਾਣਗੇ ਲੋਕ ਨਸ਼ਾ। ਸਭਾ ਚੋਣਾਂ ਸਰ ਆ ਰਹੀ ਹੈ, ਕੀ ਸੰਦੇਸ਼ ਦੇਣਾ? ਬਸ ਜੀ ਇਹ ਨਸ਼ਾ ਤਸਕਰਾਂ ਨੂੰ ਵਾਰਨਿੰਗ ਆ ਜੀ, ਪੁੱਠੇ ਕੰਮਾਂ ਤੋਂ ਬਾਜ਼ ਆਉਣ ਤੇ ਬਾਕੀ ਪਬਲਿਕ ਜਿਹੜੀ ਆ ਪੁਲਿਸ ਦਾ ਸਹਿਯੋਗ ਕਰੇ ਤੇ ਕੋਈ ਵੀ ਜਿਹੜਾ ਵਾ ਮਾੜਾ ਅਨਸਰ ਵਾ ਉਹਦੇ ਬਾਰੇ ਸਾਨੂੰ ਜਿਹੜਾ ਵਾ ਬੇਝਿਜਕ ਸਾਨੂੰ ਸੂਚਨਾ ਦੇਵੇ, ਜੇ ਕੋਈ ਸ਼ਰਾਬ ਵੇਚਣ ਵਾਲਾ ਜਾਂ ਕੋਈ ਵੀ ਡਰੱਗਸ ਹੈਰੋਇਨ ਨਸ਼ੀਲੀਆਂ ਗੋਲੀਆਂ ਜਾਂ ਕਿਸੇ ਵੀ ਕਿਸਮ ਦਾ ਜੇ ਕੋਈ ਨਸ਼ਾ ਵੇਚਦਾ ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਜੇ ਕਿਸੇ ਨੇ ਕੋਈ ਕ੍ਰਾਈਮ ਦੇ ਵਿੱਚ ਇਨਵੋਲਵ ਆ ਤੇ ਸਾਨੂੰ ਉਹਦੇ ਬਾਰੇ ਜਿਹੜੀ ਸੂਚਨਾ ਦੇ ਸਕਦੇ ਨੇ ਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ। ਧੰਨਵਾਦ।